ਸਵਾਲ ਸੀਗਾ ਸਾਡੇ ਇੱਕ ਪੱਤਰਕਾਰ ਬਦਸਲੂਕੀ ਕੀਤੀ ਆ। ਅਸੀਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਔਰ ਇਹਨਾਂ ਦੇ ਜਿਹੜੇ ਹੈਗੇ ਜੇ ਉੱਚ ਅਧਿਕਾਰੀ ਆ ਜਿਹੜੇ ਇਹਨਾਂ ਦੇ ਭਗਵੰਤ ਸਿੰਘ ਮਾਨ ਚੀਮਾ ਸਾਹਿਬ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਹੋ ਜਿਹੇ ਸ਼ਰਾਰਤੀ ਅਨਸਰ ਜਿਹੜੇ ਆ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਅਤੇ ਇਹਨਾਂ 'ਤੇ ਜੋ ਬਣਦੀ ਜੋ ਇਹਨਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਪੱਤਰਕਾਰਾਂ ਨੂੰ ਜ਼ਿਆਦਾ ਇਹ ਮਾਫ਼ੀ ਮੰਗੇ ਮਿਜਾਜ 'ਤੇ ਬਣਦੀ ਜੋ ਕਾਰਵਾਈ। ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰਪਾਲ ਸਿੰਘ ਤਾਲੁਕਪੁਰਾ ਪੱਤਰਕਾਰ ਅਕਾਲ ਖਾਲਸਾ ਨਿਊਜ਼ ਤੋਂ। ਅੱਜ ਜਿਹੜਾ ਰਸ਼ਪਾਲ ਸਿੰਘ ਜੀ ਦਾ ਇੱਥੇ ਪੁਤਲਾ ਫੂਕਿਆ ਗਿਆ ਆ, ਮੈਂ ਪੱਤਰਕਾਰ ਭਾਈਚਾਰੇ ਇਹ ਗੱਲ ਪਾਰਟੀ ਨੂੰ ਕਹਿਣੀ ਚਾਹੁੰਦਾ ਹਾਂ, ਆਮ ਆਦਮੀ ਪਾਰਟੀ ਨੂੰ, ਕਿ ਇਹ ਜਿਹੜੇ ਆਪ ਗਰੀਆਂ ਇਹ ਲੀਡਰ ਕਰਦੇ ਨੇ, ਅੱਜ ਜੇ ਪੱਤਰਕਾਰ ਜਿਹੜਾ ਚੱਪਾ ਥਾਮਿਆ ਰਾਜਨੀਤੀ ਦਾ, ਜੇ ਇਹਨਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਇਹ ਰਾਜਨੀਤਿਕ ਲੋਕ ਇਸ ਤਰ੍ਹਾਂ ਕਰਦੇ ਤਾਂ ਆਮ ਪਬਲਿਕ ਦਾ ਇਹ ਕੀ ਹਾਲ ਕਰੂਗੇ। ਸੋ ਜੇ ਤੁਸੀਂ ਆਪਣੀ ਛਵੀ ਚੰਗੀ ਬਣਾਉਣੀ ਹੈ ਤਾਂ ਇਹੋ ਜਿਹਾ ਲੀਡਰਾਂ ਨੂੰ ਬਾਹਰ ਦਾ ਰਸਤਾ ਜਿਹੜਾ ਤੁਹਾਨੂੰ ਵਿਖਾਉਣਾ ਪਊਗਾ, ਕਿ ਜਿੰਨਾ ਚਿਰ ਤੱਕ ਜਥੇਬੰਦੀ ਜਿਹੜੀ ਆ ਅਕਾਲ ਖਾਲਸਾ ਦਲ, ਅਕਾਲ ਖਾਲਸਾ ਦਲ ਵੀ ਨਾਲ ਅਕਾਲ ਖਾਲਸਾ ਨਿਊਜ਼ ਵੀ ਇਹ ਪੱਤਰਕਾਰ ਭਾਈਚਾਰੇ ਦੇ ਨਾਲ ਆਪਾਂ ਖੜ੍ਹੇ ਹਾਂ, ਜਿੰਨਾ ਚਿਰ ਤੱਕ ਰਸ਼ਪਾਲ ਸਿੰਘ ਦੇ ਉੱਤੇ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਆਪਣੀ ਕੋਈ ਕਾਨੂੰਨੀ ਕਾਰਵਾਈ ਜਿਹੜੀ ਕਰਕੇ ਉਹਨੂੰ ਮਾਫ਼ੀ ਨਹੀਂ ਮੰਗਾਉਂਦੀ ਜਾਂ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਨਹੀਂ ਕਰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਰਦਾਬਾਦ ਮੁਰਦਾਬਾਦ। ਸਰਕਾਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ। ਮੁਰਦਾਬਾਦ ਮੁਰਦਾਬਾਦ। ਸਰਕਾਰਾਂ ਨਾਲ ਧੱਕੇਸ਼ਾਹੀ ਨਹੀਂ ਚਲਾਂਗੇ, ਨਹੀਂ ਚਲਾਂਗੇ। ਆਮ ਆਦਮੀ ਪਾਰਟੀ ਦੇ ਆਗੂ ਮੁਰਦਾਬਾਦ, ਮੁਰਦਾਬਾਦ। ਆਮ ਆਦਮੀ ਪਾਰਟੀ ਦੇ ਆਗੂ ਰਿਸ਼ਪਾਲ ਸਿੰਘ, ਮੁਰਦਾਬਾਦ, ਮੁਰਦਾਬਾਦ। ਆਮ ਆਦਮੀ ਪਾਰਟੀ ਦੇ ਆਗੂ ਰਿਸ਼ਪਾਲ ਸਿੰਘ, ਮੁਰਦਾਬਾਦ। ਕਰੋ ਬੰਦ, ਕਰੋ ਬੰਦ, ਕਰੋ ਸਰਕਾਰਾਂ ਨਾਲ ਧੱਕੇਸ਼ਾਹੀ ਬੰਦ ਕਰੋ, ਬੰਦ ਕਰੋ। ਮੇਰਾ ਨਾਂ ਕੁਲਵੀਰ ਸਿੰਘ ਆ। ਹਾਂਜੀ, ਕੀ ਮੁੱਦੇ ਜੀ? ਕਿਸੇ ਅਸੀਂ ਸਾਰੇ ਅੱਜ ਪੱਤਰਕਾਰ ਭਾਈਚਾਰਾ ਇਕੱਠੇ ਹੋਏ ਸਾਂ। ਹਾਂਜੀ, ਲੋਕਲ ਪੱਤਰਕਾਰ ਇੱਥੋਂ ਦੇ ਆਏ ਆਈ ਨਾਲੇ ਦੇ ਤੇ ਰਾਜਸਥਾਨ ਜੀ। ਹਾਂਜੀ, ਮਸਲਾ ਇਹ ਆ ਕਿ ਆਮ ਆਦਮੀ ਪਾਰਟੀ ਦਾ ਆਪੇ ਬਣਿਆ ਇੱਕ ਆਗੂ ਆ ਰਿਸ਼ਪਾਲ ਸਿੰਘ ਛਾੜੇ ਤੋਂ। ਹਾਂਜੀ, ਜਿਹਨੇ ਜੰਡਿਆਲੇ ਦੇ ਪੱਤਰਕਾਰ ਨਾਲ ਬਦਤਮੀਜ਼ੀ ਕੀਤੀ ਆ, ਫੋਨ ਕਰਕੇ ਉਹਨੂੰ ਧਮਕੀਆਂ ਵੀ ਦਿੱਤੀਆਂ, ਹੋਰ ਵੀ ਜਿਹੜੀ ਗਾਲਬੰਦਾ ਕੀਤਾ ਆ। ਅਤੇ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਇਸ ਇਹੋ ਜਿਹੇ ਆਦਮੀਆਂ ਨੂੰ ਜਿਹੜਾ ਆਪਣੀ ਪਾਰਟੀ 'ਚੋਂ ਬਾਹਰ ਕੱਢੋ, ਅਤੇ ਜੇ ਇਹੋ ਜਿਹੇ ਚੋਰ ਚੱਕੇ ਇਹਨਾਂ ਨੇ ਸ਼ਾਮਿਲ ਕਰਨੇ ਆਮ ਆਦਮੀ ਪਾਰਟੀ ਨੇ, ਤਾਂ ਇਹਨਾਂ ਦੇ ਅਕਾਲੀ ਅਤੇ ਕਾਂਗਰਸੀਆਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ। ਅਤੇ ਅਸੀਂ ਕਹਿੰਦੇ ਹਾਂ ਵੀ ਜਿੰਨਾ ਚਿਰ ਰਿਸ਼ਪਾਲ ਸਿੰਘ ਨੂੰ ਪਾਰਟੀ ਬਾਹਰ ਨਹੀਂ ਕੱਢਦੀ, ਉਹਨਾਂ ਚਿਰ ਅਸੀਂ ਰਿਸ਼ਪਾਲ ਸਿੰਘ ਦਾ ਅਤੇ ਆਮ ਆਦਮੀ ਪਾਰਟੀ ਦਾ ਰਾਜਸਥਾਨ ਸੀ ਹਲਕੇ 'ਚ ਵਿਰੋਧ ਕਰਾਂਗੇ। ਅਤੇ ਜਿਹੜਾ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਮੰਨ ਰਿਹਾ ਵੀ ਮੈਂ ਰਾਜਸਥਾਨ ਸੀ ਤੋਂ ਟਿਕਟ ਲਾ ਰਿਹਾ ਆਮ ਆਦਮੀ ਪਾਰਟੀ, ਅਤੇ ਜੇ ਇਹਨੂੰ ਟਿਕਟ ਦਿੰਦੀ ਆ ਤਾਂ ਇਹਦਾ ਅਸੀਂ ਜਿਹੜਾ ਉਸ ਸਮੇਂ ਵੀ 2022 'ਚ ਡਟ ਕੇ ਵਿਰੋਧ ਕਰਾਂਗੇ, ਇਹਨੂੰ ਘਰ 'ਚੋਂ ਨਹੀਂ ਬਾਹਰ ਨਿਕਲ ਦੇਵਾਂਗੇ। ਪੱਤਰਕਾਰਾਂ ਦਾ ਜਿਹੜਾ ਮੈਂ